ਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਅੱਜ ਕੱਲ੍ਹ ਬਹੁਤ ਔਖਾ ਹੈ ਅੱਛਾ ਮਹਿਸੂਸ ਕਰਨਾ ਅਤੇ ਖੁਸ਼ ਰਹਿਣਾ। ਸੱਚੀ ਗੱਲ ਤਾਂ ਇਹ ਹੈ, ਇਹ ਕਲਾ ਹੈ, ਇਹਦੀ ਅੱਜ ਆਪਾਂ ਗੱਲ ਕਰ ਰਹੇ ਹਾਂ। ਮੇਰੇ ਮਨ ਦੇ ਵਿੱਚੋਂ ਇੱਕ ਫੂਕ ਉੱਠ ਰਹੀ ਹੈ, ਬੀਤ ਗਏ ਚੰਗੇ ਦਿਨਾਂ ਦੀ ਫੂਕ। ਮੇਰਾ ਵਜੂਦ ਰਾਖ ਦੀ ਢੇਰੀ ਹੈ ਜਿਸ ਵਿੱਚ ਕੋਈ ਵੀ ਅੰਗਿਆਰ ਨਹੀਂ ਮਗ ਰਿਹਾ। ਮੈਂ ਤਾਂ ਸਮਝਦੀ ਸਾਂ ਕਿ ਮੈਂ ਉਹ ਅੰਗਿਆਰ ਹਾਂ ਜਿਸ ਦੀ ਅਗਨੀ ਉਮਰ ਭਰ ਨਹੀਂ ਬੁਝਣੀ, ਪਰ ਮੈਂ ਗਲਤ ਸੋਚਦੀ ਸੀ। ਮੈਂ ਤਾਂ ਕੁਝ ਵੀ ਨਹੀਂ, ਮੈਨੂੰ ਕੋਈ ਪਿਆਰ ਨਹੀਂ ਕਰਦਾ, ਮੈਂ ਬਹੁਤ ਉਦਾਸ ਹਾਂ। ਉਦਾਸੀ ਦੇ ਕਾਲੇ ਖੂਹ 'ਚ ਗਰਕ ਰਹੀ ਹਾਂ ਮੈਂ ਤਾਂ। ਮੇਰੀ ਦੋਸਤ ਵੱਲੋਂ ਅਜਿਹੀ ਭਾਵਨਾ ਫੋਨ 'ਤੇ ਦੱਸੀ ਜਾ ਰਹੀ ਸੀ। ਉਸਦੇ ਮਨ ਉੱਤੇ ਉਦਾਸੀ ਦਾ ਆਲਮ ਭਾਰੂ ਹੋ ਚੁੱਕਿਆ ਸੀ। ਦੂਜੇ ਪਾਸੇ ਉਸਦਾ ਵਸਦਾ ਰਸਤਾ ਪਰਿਵਾਰ ਹੈ, ਉਸਦਾ ਪਤੀ ਹੈ, ਬੱਚੇ ਨੇ, ਰਿਸ਼ਤੇਦਾਰ ਨੇ, ਦੋਸਤ ਨੇ, ਪਰ ਫਿਰ ਵੀ ਉਹ ਖੁਸ਼ੀ ਦੇ ਅਹਿਸਾਸ ਤੋਂ ਕਿਉਂ ਵਾਂਝੀ ਹੋ ਰਹੀ ਹੈ? ਕਈ ਵਾਰ ਅਜਿਹਾ ਹੋ ਜਾਂਦਾ ਹੈ। ਤੁਹਾਡੇ ਆਲੇ ਦੁਆਲੇ ਅਤੇ ਪਰਿਵਾਰ ਵਿੱਚ ਸਭ ਕੁਝ ਠੀਕ ਹੋਣ ਦੇ ਬਾਵਜੂਦ ਤੁਸੀਂ ਉਦਾਸ ਹੋ ਜਾਂਦੇ ਹੋ। ਸਾਡੇ ਮਨ ਮਸਤਕ 'ਤੇ ਨਕਾਰਾਤਮਕ ਸੋਚ ਭਾਰੂ ਹੋ ਜਾਂਦੀ ਹੈ, ਖਾਲੀਪਣ ਜਿਹਾ ਮਹਿਸੂਸ ਹੁੰਦਾ, ਭੁੱਖ ਲੱਗਣ ਹਟ ਜਾਂਦੀ ਹੈ, ਕਿਸੇ ਕੰਮ 'ਚ ਮਨ ਨਹੀਂ ਲੱਗਦਾ, ਕਿਸੇ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ, ਭੁੱਖ ਪਿਆਸ ਜ਼ਿਆਦਾ ਲੱਗਦੀ ਹੈ, ਬਿਲਕੁਲ ਭੁੱਖ ਮਰ ਜਾਂਦੀ ਹੈ, ਦੋਈ ਨਹੀਂ ਜਾਂ ਜ਼ਿਆਦਾ ਲੱਗਦੀ ਹੈ, ਮਰ ਜਾਂਦੀ ਹੈ, ਬੇਚੈਨੀ ਅਤੇ ਚਿੜਚਿੜਾਪਣ ਆ ਜਾਂਦਾ, ਨੀਂਦ ਵੀ ਡਾਰੀ ਮਾਰ ਜਾਂਦੀ ਹੈ, ਨੀਂਦ ਨਹੀਂ ਆਉਂਦੀ, ਮਨੁੱਖ ਥੱਕਿਆ ਜਿਹਾ ਮਹਿਸੂਸ ਕਰਦਾ ਅਤੇ ਮਨੁੱਖ ਦੇ ਮਨ 'ਤੇ ਨਿਰਾਸ਼ਾਵਾਦ ਭਰ ਹੋ ਜਾਂਦੀ ਹੈ। ਇਸ ਕਿਸਮ ਦੇ ਉਦਾਸੀ ਦੇ ਆਲਮ ਨੇ ਆਪਣੇ ਆਪ 'ਤੇ ਭਾਰੂ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਦੇ ਲੱਛਣਾਂ ਵਾਲੇ ਮਨੁੱਖ ਦੇ ਉਲਟ ਆਪਣੇ ਦੋਸਤਾਂ ਦੇ ਘੇਰੇ ਵਿੱਚੋਂ ਉਸ ਦੋਸਤ ਦੀ ਕਲਪਨਾ ਕਰੋ ਜੋ ਹਮੇਸ਼ਾ ਖੁਸ਼ ਰਹਿੰਦਾ ਹੈ। ਉਸਨੂੰ ਖੁਸ਼ੀ ਦੀ ਕਲਾ ਆਉਂਦੀ ਹੈ। ਸ਼ਾਇਦ ਇਸੇ ਕਾਰਨ ਗੁਰੂ ਸਾਹਿਬਾਨ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਸੁਨੇਹਾ ਦਿੰਦੇ ਨੇ। ਦਿਨ 'ਚ ਅਨੇਕਾਂ ਵਾਰ ਅਸੀਂ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਹਰ ਰੋਜ਼ ਕਹਿੰਦੇ ਹਾਂ, ਇੱਕ ਵਾਰ ਨਹੀਂ, ਕਿੰਨੇ ਵਾਰ ਅਰਦਾਸ ਹੁੰਦੀ ਹੈ, ਹਜ਼ਾਰਾਂ ਵਾਰ ਹਜ਼ਾਰਾਂ ਗੁਰਦੁਆਰਿਆਂ 'ਚ। ਸਾਨੂੰ ਗੁਰੂ ਨੇ ਇਹ ਚੜ੍ਹਦੀ ਕਲਾ 'ਚ ਰੱਖਣ ਲਈ ਹੀ ਸ਼ਾਇਦ ਇਹ ਅਰਦਾਸ ਦਿੱਤੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਮੇਸ਼ਾ ਅੱਛਾ ਮਹਿਸੂਸ ਕਰਨਾ, ਖੁਸ਼ ਰਹਿਣਾ ਇਹ ਕਲਾ ਹੈ। ਇਹ ਕਲਾ ਦੇ ਮਾਹਰ ਸਦਾ ਹੀ ਸਕਾਰਾਤਮਕ ਸੋਚ ਦੇ, ਪੋਜ਼ਿਟਿਵ ਸੋਚ ਦੇ, ਪੋਜ਼ਿਟਿਵ ਥਿੰਕ ਦੇ ਲੋਕ ਹੁੰਦੇ ਨੇ। ਪੋਜ਼ਿਟਿਵ ਥਿੰਕਿੰਗ ਨੂੰ ਅਪਣਾਉਣ ਵਾਲੇ ਲੋਕ ਦੂਜੇ ਵਿਅਕਤੀਆਂ ਦੇ ਗੁਣਾਂ 'ਤੇ ਨਿਗਾਹ ਰੱਖਦੇ ਨੇ, ਉਹਨਾਂ ਦੀ ਕੁਆਲਿਟੀਜ਼ ਦੇਖਦੇ ਰਹਿੰਦੇ ਨੇ। ਛੋਟੀਆਂ ਛੋਟੀਆਂ ਗੱਲਾਂ 'ਤੇ ਨਾ ਤਾਂ ਉਹ ਨਾਰਾਜ਼ ਹੁੰਦੇ ਨੇ, ਨਾ ਹੀ ਉਹਨਾਂ ਦੀ ਹਉਮੈ ਜ਼ਖਮੀ ਹੁੰਦੀ ਹੈ। ਅਜਿਹੀ ਸ਼ਖਸੀਅਤ ਦੇ ਮਾਲਕ ਆਪਣੇ ਇੱਕ ਮਿੱਤਰ ਨੂੰ ਪੁੱਛਿਆ, ਤੂੰ ਹਮੇਸ਼ਾ ਖੁਸ਼ ਕਿਵੇਂ ਰਹਿਣਾ, ਲੋਕ ਤੈਨੂੰ ਕਿਉਂ ਪਸੰਦ ਕਰਦੇ ਨੇ, ਇਸ ਉਮਰ ਵਿੱਚ ਵੀ ਔਰਤਾਂ ਤੇਰੀ ਦੋਸਤੀ ਨੂੰ ਕਿਵੇਂ ਤਰਸਦੀਆਂ ਨੇ। ਮੈਨੂੰ ਜਦੋਂ ਕੋਈ ਪਰਸਨੈਲਿਟੀ ਆਪਣੇ ਵੱਲ ਖਿੱਚਦੀ ਹੈ ਨਾ, ਤਾਂ ਮੈਂ ਇਹ ਸੋਚਦਾ ਕਿ ਉਸਦਾ ਕਿਹੜਾ ਗੁਣ, ਉਸਦੀ ਕਿਹੜੀ ਕੁਆਲਿਟੀ ਮੈਨੂੰ ਚੰਗੀ ਲੱਗਦੀ ਹੈ, ਮੈਂ ਉਸ ਵੱਲ ਕਿਉਂ ਅਟਰੈਕਟ ਹੁੰਦਾ। ਜਦੋਂ ਮੈਂ ਸੋਚਦਾ ਤਾਂ ਮੈਨੂੰ ਮੇਰੇ ਸਵਾਲ ਦਾ ਜਵਾਬ ਪਤਾ ਲੱਗ ਜਾਂਦਾ, ਕਿਉਂਕਿ ਜਦੋਂ ਮੈਂ ਕਿਸੇ ਵੱਲ ਅਟਰੈਕਟ ਹੁੰਦਾ ਜਾਂ ਮੈਨੂੰ ਜਦੋਂ ਕੋਈ ਕੁਆਲਿਟੀ ਅਟਰੈਕਟ ਕਰਦੀ ਹੈ, ਤਾਂ ਮੈਂ ਉਸ ਨੂੰ ਆਪਣੀ ਸ਼ਖਸੀਅਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ। ਮੇਰੀ ਇਸ ਆਦਤ ਨੇ ਮੈਨੂੰ ਲੋਕਾਂ ਦੇ ਗੁਣਾਂ ਨੂੰ ਗਹਿਰਾਈ ਨਾਲ ਸਮਝਣ ਲਾ ਦਿੱਤਾ ਅਤੇ ਫਿਰ ਨਤੀਜੇ ਵਜੋਂ ਮੈਂ ਪੋਜ਼ਿਟਿਵ ਸੋਚ ਦਾ ਮਾਲਕ ਬਣ ਗਿਆ। ਪੋਜ਼ਿਟਿਵ ਸੋਚ, ਸਕਾਰਾਤਮਕ ਸੋਚ ਜਿਸਨੂੰ ਪੰਜਾਬੀ 'ਚ ਕਹਿੰਦੇ ਹਾਂ, ਜਿਹੜੀ ਸਕਾਰਾਤਮਕ ਸੋਚ ਵਾਲਾ ਵਿਅਕਤੀ ਹਰ ਖੇਤਰ ਵਿੱਚ ਸਫਲਤਾ ਦਾ ਪਰਚਮ ਗੱਡਣ ਦੇ ਸਮਰੱਥ ਹੁੰਦਾ। ਮੇਰੇ ਦੋਸਤ ਦਾ ਇਹ ਫਾਰਮੂਲਾ ਤੁਸੀਂ ਕਿਉਂ ਨਹੀਂ ਅਪਣਾ ਸਕਦੇ? ਤੁਸੀਂ ਵੀ ਅਪਣਾ ਸਕਦੇ ਹੋ। ਇੱਕ ਗੱਲ ਹੋਰ ਸਮਝਣੀ ਬਹੁਤ ਜ਼ਰੂਰੀ ਹੈ, ਜੇ ਤੁਸੀਂ ਸਦਾ ਖੁਸ਼ ਰਹਿਣਾ, ਜੇ ਤੁਸੀਂ ਸਦਾ ਖੁਸ਼ ਰਹਿਣ ਵਾਲੀ ਕਲਾ 'ਚ ਮਾਹਰ ਹੋਣਾ, ਤਾਂ ਤੁਸੀਂ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ।
माफ करन दा मादा अपनी शख्सियत च लेके आओ। एक गल याद रखो, माफ करना बहुत बड़ी गल हुंदी है, बड़ा बड़ा जिगरा चाहिए माफ करने लई। सो छोटियां बड़ियां गलतियां माफ कर दो जे तुसी खुश रहना है। खुश रहन वाला हमेशा सृजन क्रिया विच भी कमाल हुंदा है, बड़ी कामयाबी होती है उस काम च, क्रिएटिव होंदा मतलब। सो उदासी तो बचन का दूजा वड्डा तरीका, अपने आप नूं किसे वड्डे मकसद नाल जोड़ लो। जदों तुहाडे कोल कोई वड्डा मनोरथ होएगा, थोड़ी मंजिल दूर होएगी, टीचा वड्डा होएगा, तुसी उसकी पूर्ति विच रुझे रहोगे। तो जिहड़ा बिजी जां रुझा होया इंसान है ना, वह कदे उदास नहीं हुंदा। एक बार एक राहगीर ने तीन मजदूरां नूं इक्को सवाल किया, की पुछया उन्हें पहले मजदूर नूं पुछया कि तू की कर रहा है, तो जवाब पता की सी, देख नहीं रहा मैं इट्टां ढो रहा, यह इट्टां ढोना ही मेरी किस्मत है। यही सवाल उसने दूजे मजदूर नूं किया, तो दूजे मजदूर का जवाब सी, अपने परिवार का ढिड भरन लई मैनू यह काम करना पै रहा है, बहुत औखा पर कर रहा है। जदों यही सवाल तीजे मजदूर नूं किया तां उहदा जवाब सी, मैं बहुत पवित्र काम कर रहा है, आ तुसी देख रहे हो ना यह मंदिर बन रहा है, अते परमात्मा ने मैनू सेवा का मौका दिता है, तो मैं तो सेवा कर रहा है। बस यही सूत्र है, जदों तुसी अपने जीवन मनोरथ नूं किसी वड्डे काम नाल जोड़ोगे तो अच्छा महसूस करोगे, तो जदों तुसी अच्छा महसूस करोगे उस काम च माहर बन जाओगे जिहड़ा तुसी करोगे, तो जदों तुसी माहर बन जाते हो तो फिर तुसी सचमुच ही सफल होने। तो कृष्ण जी नूं हमेशा याद रखो, जे तुसी इफ यू वॉन्ट परफेक्शन यू शुड इंजॉय योर प्रोफेशन, ये कृष्ण जी ने कहा। सो जो भी काम कर दो, जिमें भी रह रहे हो, उसनों लाइक करना, उसनों पसंद करना सीखिए, तो जे तुसी ये करोगे तो इस कला दे, केड़ी कला, हमेशा अच्छा महसूस करने की कला, हमेशा खुश रहने की कला च माहर बन जाओगे। अजय नहीं, कल फिर मिलते हैं।